ਵੱਖ ਵਿਆਹ ਅਤੇ ਘਾੜੇ ਆ ਕਾਨੂੰਨ ਦੇ, ਉਹਨਾਂ ਨੂੰ ਇਸ ਗੱਲ ਦਾ ਵੀ ਇਲਮ ਆ ਕਿ ਇਹ ਸੈਂਟਰਲ ਐਕਟ ਆ, ਇਹ ਸਟੇਟ ਸਬਜੈਕਟ ਨਹੀਂ ਗਾ। ਅਤੇ ਮੈਨੂੰ ਅਫਸੋਸ ਆ ਉਹਨਾਂ ਨੇ ਵੀ ਇਹਦੇ ਬਾਰੇ ਕੋਈ ਰਾਇ ਅਤੇ ਪ੍ਰਗਟਾਵਾ ਨਹੀਂ ਕੀਤਾ। ਜਿਹੜੀ ਇਸ ਐਕਟ ਦੇ ਵਿੱਚ ਅਮੈਂਡਮੈਂਟ ਕਰਨ ਦੀ ਗੱਲ ਆ, ਇਹ ਸਟੇਟ ਨੂੰ ਕੋਈ ਅਧਿਕਾਰ ਨਹੀਂ ਗਾ, ਉਹ ਕਾਨੂੰਨ ਤੌਰ ਦੇ ਉੱਤੇ ਬਿਲਕੁਲ ਬਾਹਰ ਆ, ਇਹਦੇ ਵਿੱਚ ਇਹ ਕੁਛ ਵੀ ਨਹੀਂ ਕਰ ਸਕਦੇ। ਦੂਸਰਾ ਇੱਕ ਮਸਲਾ ਵੱਡਾ ਗੰਭੀਰ ਆ ਕਿ ਇਹ ਗੁਰਬਾਣੀ ਦੀ ਲਾਈਵ ਟੈਲੀਕਾਸਟ ਆ। ਜਿਸ ਗੁਰਸ਼ਬਦ ਤੋਂ ਸਮੁੱਚੀ ਦੁਨੀਆ ਨੇ ਸੇਧ ਲੈਣੀ ਆ, ਇਹਦੇ ਉੱਤੇ ਕੋਈ ਵਿਵਾਦ ਖੜਾ ਕੀਤਾ ਜਾਵੇ, ਮੈਂ ਸਮਝਦਾ ਇਹ ਵੀ ਇੱਕ ਤਰਸਯੋਗ ਗੱਲ ਆ। ਇਹ ਮੈਂ ਸਨੇਬਰ ਤਾਂ ਬੇਨਤੀ ਕਰਨੀ ਚਾਹੁੰਦਾ, ਅੱਜ ਮੈਂ ਕਿਸੇ ਦੀ ਕੋਈ ਵਕਾਲਤ ਨਹੀਂ ਕਰਦਾ, ਪਰ ਕੋਈ ਬੰਦਾ ਬਾਂਹ ਖੜੀ ਕਰਕੇ ਕਹੇ ਕਿ ਜਿਹੜੀ ਅੱਜ ਲਾਈਵ ਚੱਲ ਰਹੀ ਉਹਦੇ ਵਿੱਚ ਕੋਈ ਇੱਕ ਆਨਾ ਲੈਂਦਾ ਉਹਨਾਂ ਕੋਲੋਂ, ਕੋਈ ਉਹਨੂੰ ਚਾਰਜ ਦੇਣੇ ਪੈਂਦੇ ਇਸ ਚੈਨਲ ਲਈ? ਜੇ ਬਾਕੀਆਂ ਲਈ ਦੇਣੇ ਪੈਂਦੇ, ਇਹਦੇ ਲਈ ਕੋਈ ਚਾਰਜ ਨਹੀਂ, ਫਰੀ ਆਫ ਕੋਸਟ ਆ। ਪਹਿਲਾਂ ਤਾਂ ਲੋਕਾਂ ਦੇ ਮਨਾਂ 'ਚੋਂ ਇਹ ਗੱਲ ਨਿਕਲ ਜਾਏ, ਇਹਨੂੰ ਬੜਾ ਵੱਡੇ ਪੱਧਰ 'ਤੇ ਛਾਲਿਆ ਜਾ ਰਿਹਾ, ਇਹਦਾ ਪੋਲੀਟੀਕਲ ਕਾਰਨ ਕਰ ਦਿੱਤਾ ਇਸ ਮੁੱਦੇ ਦਾ। ਇਹ ਧਾਰਮਿਕ ਗੱਲਾਂ ਆ ਭਗਵੰਤ ਮਾਨ ਜੀ, ਇਹਨਾਂ ਨੂੰ ਆਪਾਂ ਰਾਜਨੀਤਿਕ ਛਾਲੇ ਦੇ ਵਿੱਚ ਨਾ ਲਿਆਈਏ। ਇਹਦੇ 'ਤੇ ਆਪਾਂ ਰਾਜਨੀਤੀ ਕਰਾਂਗੇ ਫਿਰ ਮੇਰਾ ਖਿਆਲ ਹੈ ਆਪਾਂ ਅਵੇਸਲੇ ਰਹਾਂਗੇ। ਸੋ ਪਹਿਲੀ ਤਾਂ ਗੱਲ ਇਹ ਆ ਵੀ ਇਹ ਬਿਲਕੁਲ ਵਰਲਡ ਵਾਈਡ ਜਾ ਰਿਹਾ, ਉਹਦੇ ਵਿੱਚ ਕੋਈ ਪੈਸਾ ਕਿਸੇ ਕੋਲੋਂ ਨਹੀਂ ਲਿਆ ਜਾ ਰਿਹਾ। ਅਤੇ ਹੁਣ ਜਿਹੜਾ ਜੁਲਾਈ ਦੇ ਵਿੱਚ ਇਹ ਪੂਰਾ ਹੋ ਜਾਣਾ ਚੈਨਲ, ਦੇਖੋ ਦੋ ਤਰ੍ਹਾਂ ਨਾਲ, ਪਹਿਲਾਂ ਸੀ ਭਈ ਇਹਨਾਂ ਦਾ ਜਨਮ ਸਿੱਧ ਅਧਿਕਾਰ ਆ, ਹੁਣ ਅਸੀਂ ਓਪਨ ਟੈਂਡਰ ਕੀਤੇ, ਹੁਣ ਅਸੀਂ ਓਪਨ ਟੈਂਡਰ ਨਹੀਂ ਹੋਣ ਦੇਣੇ। ਕੀ ਮੈਂ ਪੁੱਛਣਾ ਚਾਹੁੰਦਾ ਵੀ ਹੁਣ ਇਹ ਧਰਮ ਦੇ ਵਿੱਚ ਸਿੱਧੀ ਦਖਲਦਾਜ਼ੀ ਨਹੀਂ? ਕੀ ਲੋਕਾਂ ਦੂਜੀਆਂ ਸਰਕਾਰਾਂ ਨੂੰ ਕੋਸਦੇ ਹਾਂ ਅਤੇ ਫਿਰ ਹੁਣ ਸੱਚਖੰਡ ਦੇ ਵਿੱਚ ਇਹ ਅੰਮ੍ਰਿਤ ਗੁਰਬਾਣੀ ਦਾ ਪ੍ਰਸਾਰ ਜਾਣਾ, ਅਤੇ ਹੁਣ ਤੁਸੀਂ ਤਾਂ ਸਿੱਧੀ ਆ ਕੇ, ਮੈਂ ਸਮਝਦਾ ਸਿੱਧੇ ਲਫਜ਼ਾਂ ਦੇ ਵਿੱਚ ਆ ਕੇ ਸਿੱਧੀ ਸ਼ੁਰੂਆਤ ਕਰ ਦਿੱਤੀ ਆ। ਇਦੋਂ ਵੱਡੀ ਦਖਲਦਾਜ਼ੀ ਹੋਰ ਕੀ ਹੋ ਸਕਦੀ ਆ ਕਿ ਇੱਕ ਧਾਰਮਿਕ ਮੁੱਦੇ ਨੂੰ ਰਾਜਨੀਤੀਕਰਨ ਕਰਕੇ, ਜਿਹਦਾ ਕੋਈ ਅਧਿਕਾਰ ਵੀ ਨਹੀਂ ਗਾ, ਉਹਨੂੰ ਆਪਾਂ ਅਸੈਂਬਲੀ ਦੇ ਵਿੱਚ ਲਿਜਾ ਰਹੇ ਹਾਂ? ਸੋ ਇਹ ਮੈਂ ਇਹਨਾਂ ਦੇ ਐਕਟ ਨੂੰ ਹਾਈਲੀ ਕੰਡੈਮ ਕਰਦਾ। ਨਾਲ ਇਹਨਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਇਹ 103 ਸਾਲ ਦੇ ਵਿੱਚ ਬੜੀਆਂ ਸਰਕਾਰਾਂ ਆਈਆਂ ਅਤੇ ਬੜੀਆਂ ਸਰਕਾਰਾਂ ਗਈਆਂ, ਕਿਸੇ ਨੇ ਹੀਹਾ ਨਹੀਂ ਕੀਤਾ। ਜੇ ਟੁੱਕ ਮਾਤਰ ਹੀਹਾ ਕਿਸੇ ਨੇ ਕੀਤਾ ਵੀ ਆ, ਉਹ ਕਰਨ ਤੋਂ ਬਾਅਦ ਫਿਰ ਉਹਨੂੰ ਆਪਣੇ ਪਛਤਾਵੇ ਦੇ ਹੰਝੂ ਜਿਹੜੇ ਵਹਾਉਣੇ ਪਏ। ਅਤੇ ਮੈਂ ਨਿਮਰਤਾ ਸਹਿਤ ਇਹਨੂੰ ਬੇਨਤੀ ਇਹਨਾਂ ਨੂੰ ਕਰਦਾ, ਮੁੱਖ ਮੰਤਰੀ ਸਾਹਿਬ ਨੂੰ, ਦਿੱਲੀ ਦੇ ਤੁਹਾਡੇ ਪ੍ਰਧਾਨ ਕੇਜਰੀਵਾਲ, ਸ਼੍ਰੀ ਅਰਵਿੰਦ ਕੇਜਰੀਵਾਲ, ਉਹਨਾਂ ਦੇ ਸੂਬੇਦਾਰ ਨਾ ਬਣੋ। ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹਾਂ ਅਤੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਡਿਵੈਲਪਮੈਂਟ ਅਤੇ ਹੋਰ ਕਾਰਜਾਂ ਦੇ ਵਿੱਚ ਤਵੱਕੋ ਦੇਣੀ ਆ। ਧਰਮ ਦੇ ਵਿੱਚ ਗੁਰਬਾਣੀ ਦੀ ਚਿੰਤਾ ਨਾ ਕਰੋ, ਇਹ ਛੇਤੀ ਤੁਹਾਨੂੰ ਇਹਦਾ ਫਰੂਟਫੁੱਲ ਐਕਟ ਜਿਹੜਾ ਸਾਹਮਣੇ ਆ ਜਾਊਗਾ। ਕਿਉਂਕਿ ਇੱਕ ਧਿਰ ਬਣ ਕੇ ਅਸੀਂ ਨਾ ਹੈ ਅਤੇ ਨਾ ਅਸੀਂ ਧਿਰ ਬਣਨਾ, ਅਸੀਂ ਤਾਂ ਉਹ ਗੱਲ ਕਰਾਂਗੇ ਜਿਹੜੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਸਾਰਥਕ ਤੌਰ 'ਤੇ ਉਹ ਸਾਡੇ ਨਾਲ ਚੱਲੇ। ਜਿੱਥੋਂ ਤੱਕ ਹੁਣ ਇਹ ਕਾਨੂੰਨ ਦੀ ਗੱਲ ਰਹੀ, ਕਿਉਂਕਿ ਵਕੀਲ ਉਹਨਾਂ ਦੇ ਕੋਲ ਬਹੁਤ ਆ, ਉਹ ਇਹਨਾਂ ਨੂੰ ਦੱਸ ਸਕਦੇ ਆ
ਆਹ ਇੱਕ ਮੈਂ ਤੁਹਾਨੂੰ ਦੇਣਾ ਚਾਹੁੰਦਾ, ਇਹ ਹੈਗੀ ਆ ਸਿੱਖ ਗੁਰਦੁਆਰਾ ਅਮੈਂਡਮੈਂਟ ਬਿੱਲ 2016। ਇਹ ਹੋਇਆ ਕੀ ਸੀ ਕਿ 2004 ਦੇ ਵਿੱਚ ਇੱਕ ਨੋਟੀਫਿਕੇਸ਼ਨ ਆਈ ਕਿ ਸਹਿਜਧਾਰੀ ਜਿਹੜੇ ਆ ਉਹਨਾਂ ਨੂੰ ਵੋਟ ਪਾਉਣ ਦਾ ਕੋਈ ਅਧਿਕਾਰ ਨਹੀਂ। ਉਹ ਨੋਟੀਫਿਕੇਸ਼ਨ ਸਹਿਜਧਾਰੀ ਫੈਡਰੇਸ਼ਨ ਨੇ ਚੈਲੇਂਜ ਕਰ ਦਿੱਤੀ। ਉਹ ਚੈਲੇਂਜ ਦੇ ਵਿੱਚ ਉਹਨਾਂ ਦੇ ਹੱਕ ਵਿੱਚ ਹੋ ਗਈ ਕਿ 22 ਨੋਟੀਫਿਕੇਸ਼ਨ ਸਿੱਖ ਗੁਰਦੁਆਰਾ ਅਮੈਂਡਮੈਂਟ ਕਰ ਦਿੱਤੀ, ਜਿਹਦੀ ਨੋਟੀਫਿਕੇਸ਼ਨ ਫਿਰ ਸਰਕਾਰ ਨੇ 6 ਮਈ 2016 ਨੂੰ ਕੀਤੀ। ਆਹ 2001 ਰਾਜਨਾਥ ਸਿੰਘ ਹੋਣਾ ਦਾ ਪਾਰਲੀਮੈਂਟ 'ਚ ਪਾਸ ਕੀਤਾ ਆ। ਆਹ ਫਿਰ ਜਿਹੜੀ ਪਾਸ ਹੋਣ ਤੋਂ ਬਾਅਦ ਜਿਹੜੀ ਉਹਨਾਂ ਦੀ ਲੀਗਲ ਤੌਰ ਦੇ ਉੱਤੇ ਗਜਟ ਨੋਟੀਫਿਕੇਸ਼ਨ ਬਣਦੀ ਆ, ਇਹ ਇਸ ਗੱਲ ਦਾ ਸਬੂਤ ਆ ਕਿ ਇਹ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਕਿਵੇਂ ਅਮੈਂਡਮੈਂਟਾਂ ਧਰਮੀਆਂ ਹੋਣੀਆਂ। ਇੱਕ ਮੈਂ ਹੋਰ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ, ਆਹ ਇੱਕ CWP ਉਣੱਤਰ 2008, ਡੇਟ ਆਫ ਡਿਸੀਜਨ 25/9/2008। ਇਹ ਗੁਰੂ ਨਾਨਕ ਦੇਵ ਯੂਨੀਵਰਸਲ ਬ੍ਰਦਰਹੁੱਡ ਸੁਸਾਇਟੀ ਸੀ ਇੱਕ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਇਹਨਾਂ ਨੇ ਇੱਕ ਪਟੀਸ਼ਨ ਪਾਈ। ਉਹ ਪਟੀਸ਼ਨ ਵੀ ਇਸ ਪੈਟਰਨ 'ਤੇ ਸੀ। ਉਹ ਪੈਟਰਨ ਕੀ ਸੀਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਇਹਨੂੰ PTC ਨੂੰ ਇਹ ਜਿਹੜਾ ਇਹਨੇ ਲਾਈਵ ਦਿੱਤਾ ਇਹਨਾਂ ਨੂੰ ਦੇਣ ਦਾ ਕੋਈ ਅਧਿਕਾਰ ਨਹੀਂ ਹੋਣੀ, ਉਹ ਚੈਲੇਂਜ ਕੀਤਾ 2006 ਵਾਲਾ। ਔਰ ਇਹ ਫੈਸਲਾ ਤੁਹਾਡਾ ਜਾ ਕੇ 25/9/2008 ਨੂੰ ਹੋਇਆ। ਔਰ ਇਹਦੇ ਵਿੱਚ ਸਭ ਤੋਂ ਜਿਹੜੀ ਵੱਡੀ ਗੱਲ ਸੀ ਉਹ ਇਹ ਸੀ ਕਿ ਇਨ ਦਾ ਰਿਜ਼ਲਟ ਵੀ ਡਿਸਮਿਸ ਦਿਸ ਰਿਟ ਪਟੀਸ਼ਨ ਵਿਦ ਕੋਸਟ ਅਸੈਸਡ ₹20,000 ਵਿਦ ਕੋਸਟ ਜਿਲ੍ਹੇ ਹੁੰਦੀ, ਇਹਦਾ ਮਤਲਬ ਵੀ ਨੋ ਕੇਸ ਇਜ ਮੇਕ ਆਊਟ। ਸੋ ਇਹਦੇ ਵਿੱਚ ਜਿਹੜਾ ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਨੇ ਕਹੀ ਆ ਉਹ ਇਹ ਸੀ ਕਿ ਸ਼੍ਰੋਮਣੀ ਗੁਰਦੁਆਰਾ ਸੱਥਾਂ ਦੇ ਵਿੱਚ ਰੂਬਰੂ ਮੀਡੀਆ ਦੇ ਕਰ ਰਿਹਾ ਵੀ ਇਹ ਮੀਡੀਆ ਦਾ ਅਸਲ ਸੱਚ ਕੀ ਆ। ਅਸਲ ਸੱਚ ਇਹ ਆ ਕਿ ਜਿਹੜਾ ਇਹ 1925 ਦਾ ਐਕਟ ਆ ਇਹਦੇ ਵਿੱਚ ਸੈਂਟਰਲ ਐਕਟ ਆ ਆਫਟਰ ਪਾਰਟੀਸ਼ਨ ਜਿਹੜੀ ਸੈਕਸ਼ਨ 72 ਆਫ ਦਾ ਰੀਔਰਗੇਨਾਈਜੇਸ਼ਨ ਐਕਟ ਜਿਹੜਾ ਆ ਉਹਦੇ ਵਿੱਚ ਕੇਵਲ ਦਾ ਕੇਵਲ ਅਧਿਕਾਰ ਜਿਹੜਾ ਸੈਂਟਰ ਨੂੰ ਆ ਆਹ ਸਾਰਾ ਉਹਦੇ ਵਿੱਚ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਸਾਰੀਆਂ ਧਰਾਵਾਂ 'ਚ ਦਿੱਤਾ ਆ। ਇਹਦੇ ਵਿੱਚ ਕੀ ਆ ਐਜ ਪਰ ਸੈਕਸ਼ਨ 144 ਆਫ ਦਾ ਸਿੱਖ ਗੁਰਦੁਆਰਾ ਐਕਟ ਸਟੇਟ ਗੌਰਮੈਂਟ ਨੋਟ ਟੂ ਇੰਟਰਫੀਅਰ ਵਿਦ ਗੁਰਦੁਆਰਾਸ ਐਕਸੈਪਟ ਐਜ ਪ੍ਰੋਵਾਈਡਡ ਬਾਈ ਦਿਸ ਐਕਟ ਇਟ ਸ਼ੈਲ ਨੋਟ ਬੀ ਲਾਫੁਲ ਫਾਰ ਦਾ ਸਟੇਟ
ਪਾਸ ਐਨੀ ਬਿੱਲ ਇਨ ਰਿਸਪੈਕਟ ਆਫ ਵਿੱਚ ਓਨਲੀ ਪਾਰਲੀਮੈਂਟ ਹੈਜ਼ ਐਕਸਕਲੂਸਿਵ ਪਾਵਰ ਆ ਟੂ ਅਨੈਕਟ ਲਾਅ। ਪੰਜਾਬ ਗੌਰਮੈਂਟ ਆਫ ਪੰਜਾਬ ਕੈਨ ਆਊਟ ਟੇਕ ਸੱਚ ਪਾਵਰਸ। ਇਨ ਫੈਕਟ ਦਾ ਗਵਰਨਰ ਸ਼ੁੱਡ ਨੈਵਰ ਗਿਵ ਐਨੀ ਸੈਂਟ ਟੂ ਸੱਚ ਬਿੱਲ ਆਫ ਅਮੈਂਡਮੈਂਟ ਇਫ ਐਨੀ ਵੁੱਡ ਬੀ ਬਰੋਟ ਐਜ ਕੰਟੈਂਪਲੇਟਡ ਐਂਡ ਦਾ ਸਟੇਟ ਆਫ ਪੰਜਾਬ ਹੈਜ਼ ਨੋ ਲੈਜਿਸਲੇਟਿਵ ਕੰਪੀਟੈਂਸ ਟੂ ਬਰਿੰਗ ਸੱਚ ਕੰਟੈਂਪਲੇਟਡ ਅਮੈਂਡਮੈਂਟਸ ਵਿਚ ਸ਼ੈਲ ਬੀ ਬੋਇਡ ਅਮਨੀਸ਼ੂ ਐਂਡ ਵਿਦਆਊਟ ਐਨੀ ਲੀਗਲ ਰਾਈਟ। ਸੋ ਇਟ ਇਜ਼ ਕਲੀਅਰ ਇਨ ਦਾ ਐਕਟ ਕੇ ਇਹਦੇ ਵਿੱਚ ਜਿਹੜੀ ਸਟੇਟ ਗੌਰਮੈਂਟ ਆ ਉਹ ਕਿਸੇ ਪੱਖ ਤੋਂ ਵੀ ਕਿਸੇ ਤਰ੍ਹਾਂ ਵੀ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੀ। ਮੈਂ ਆਪਣੇ ਤੌਰ 'ਤੇ ਵੀ ਅਤੇ ਅਸੀਂ ਆ ਸਾਰੇ ਮੈਂਬਰ ਸਹਿਮਾਨ ਬੈਠੇ ਹਾਂ, ਅਸੀਂ ਇਹਦੇ 'ਤੇ ਸਾਰਾ ਮਸ਼ਵਰਾ ਵੀ ਕੀਤਾ ਕਿ ਇਹਨੂੰ ਇੱਕ ਧਾਰਮਿਕ ਮੁੱਦੇ ਨੂੰ ਇੱਕ ਪੋਲੀਟੀਕਲ ਰੰਗਤ ਦੇ ਕੇ ਕੇਵਲ ਦਾ ਕੇਵਲ ਆਪਣੇ ਸਿਆਸੀ ਆਕਾ ਜਿਹੜੇ ਦਿੱਲੀ ਦੇ ਵਿੱਚ ਬੈਠੇ ਆ ਉਹਨਾਂ ਨੂੰ ਖੁਸ਼ ਕਰਨ ਦਾ ਬੜਾ ਵੱਡਾ ਇੱਕ ਯਤਨ ਕੀਤਾ ਜਾ ਰਿਹਾ। ਕਿਉਂਕਿ ਪੰਜਾਬ ਦੀ ਸਰਕਾਰ ਆ, ਪੰਜਾਬ ਦੀ ਸਰਕਾਰ ਨਾ ਇਹ ਐਕਟ ਬਣਾ ਸਕਦੀ ਆ ਕਿਉਂਕਿ ਇਹ ਪੰਜਾਬ ਦੀ ਸਰਕਾਰ ਨੇ ਬਿਫੋਰ ਪਾਰਟੀਸ਼ਨ ਬਣਾਇਆ ਸੀ, ਨਾ ਇਹਦੇ ਵਿੱਚ ਕੋਈ ਅਮੈਂਡ ਕਰ ਸਕਦੀ ਆ। ਸੋ ਇਹ ਲੜਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਲੜਾਈ ਨੂੰ ਰਾਜਨੀਤਿਕ ਸੱਤਾਂ ਦੇ ਵਿੱਚ ਰੋਟੀਆਂ ਸੇਕਣ ਲਈ ਅੱਜ ਮੁੱਖ ਮੰਤਰੀ ਯਤਨ ਕਰ ਰਿਹਾ। ਅਤੇ ਮੈਂ ਕਹਿਣਾ ਚਾਹੁੰਦਾ ਕਿ ਇਹੋ ਜਿਹੀਆਂ ਅੱਗਾਂ ਦੇ ਵਿੱਚ ਹੱਥ ਨਾ ਪਾਓ ਕਿਉਂਕਿ ਧਾਰਮਿਕ ਮਸਲੇ ਇਹ ਪੇਚੀਦਾ ਹੁੰਦੇ ਆ। ਆਹ ਐਕਟ 1925 ਦਾ ਇਸੇ ਕਰਕੇ ਬਣਿਆ ਆ, ਪਹਿਲਾਂ ਵੀ ਇੱਕ ਵਾਰੀ ਯਤਨ ਹੋਇਆ ਸੀ ਪਰ ਉਹ ਯਤਨ ਕਰਕੇ ਪਿੱਛੇ ਨੂੰ ਮੁੜ ਪੈ ਸੀਗੇ। ਸੋ ਇਸ ਕਰਕੇ ਨਵੀਂ ਤੋਂ ਨਵੀਂ ਰੋਜ਼ ਛੇੜਨੀ ਉਹ ਚੰਗੀ ਨਹੀਂ ਮੁੱਖ ਮੰਤਰੀ ਸਾਹਿਬ। ਅਤੇ ਮੈਂ ਨਿਮਰਤਾ ਸਹਿਤ ਇਹ ਬੇਨਤੀ ਕਰਦਾ ਕਿ ਇਹੋ ਜਿਹੇ ਕਾਰਜ ਜਿਹੜੇ ਆ ਇਹਨੂੰ ਲੜਾਈ ਅਕਾਲੀ ਦਲ ਵਰਸਿਜ ਆ ਸਰਕਾਰ ਨਾ ਬਣਾਓ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਸਮਰੱਥ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ PTC ਦੇ ਚੈਨਲ ਨੂੰ ਲੈ ਕੇ ਤੁਸੀਂ ਰੋਜ਼ ਮਹਾਰਾ ਜਿਹੜਾ ਇਹ ਜਾਦੂ ਆਈ ਜਿਹੀ ਜਿਹੜਾ ਚੱਕਰ ਚਲਾ ਰਹੇ ਹਾਂ ਇਹ ਠੀਕ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ 'ਤੇ ਮੈਂ ਕੋਈ ਅਨਾਊਂਸਮੈਂਟ ਨਹੀਂ ਕਰਨੀ, ਅਸੀਂ ਆਪ ਸਾਰਾ ਮੁਲਾਂਕਣ ਕਰ ਰਹੇ ਹਾਂ। ਪਰ ਮੈਂ ਵਾਰ ਵਾਰ ਇਸ ਗੱਲ 'ਤੇ ਕਰ ਰਿਹਾ ਵੀ ਕੋਈ ਇੱਕ ਬੰਦਾ ਕਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਲਾਈਵ ਟੈਲੀਕਾਸਟ ਹੈ ਉਹਦੇ ਵਿੱਚ ਕੋਈ ਪੈਸਾ ਲਿਆ ਜਾਂਦਾ। ਸੋ ਇਸ ਕਰਕੇ ਸਰਕਾਰ ਬਿਲਕੁਲ ਅਵੇਸਲੀ ਨਾ ਹੋਵੇ, ਜੇ ਅਵੇਸਲੀ ਹੋਈ ਫਿਰ ਉਹਦੇ ਲਈ ਆਪ ਜ਼ਿੰਮੇਵਾਰ ਹੋਊਗੀ। ਉਹ ਤੋਂ ਇਲਾਵਾ ਜਿਹੜੀ ਸਾਡੇ ਇਹਨਾਂ ਦੇ ਹਿੱਤ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਉਹ ਇਹ ਆ ਕਿ ਆਹ ਬਾਹਰਲੇ ਪਾਸੇ ਤੁਸੀਂ ਹੈਰੀਟੇਜ ਸਟਰੀਟ ਤੋਂ ਆਏ ਹਾਂ, ਆਹ ਬਾਹਰਲੇ ਪਾਸੇ ਚੁਗਿਰਦਾ ਅਤੇ ਮੁੱਖ ਮੰਤਰੀ ਸਾਹਿਬ ਉੱਧਰ ਨੂੰ ਕੋਈ ਧਿਆਨ ਨਹੀਂ, ਗੁਰਬਾਣੀ ਦੇ ਲੋਕਾਂ ਨੂੰ ਪਹੁੰਚਾਉਣ ਲਈ ਰੋਟੀਆਂ ਆਪਣੀਆਂ ਸਿਆਸੀ ਤੌਰ 'ਤੇ ਸੇਕੀਆਂ ਜਾ ਰਹੀਆਂ। ਅਤੇ ਮੈਂ ਅਚੇਚੇ ਤੌਰ 'ਤੇ ਧੰਨਵਾਦ ਵੀ ਕਰਦਾ ਅਤੇ ਬਾਕੀ ਪੋਲੀਟੀਕਲ ਪਾਰਟੀਆਂ ਨੂੰ ਵੀ ਬੇਨਤੀ ਕਰਦਾ, ਇਹ ਸਿੱਖ ਧਰਮ ਦੀ ਗੱਲ ਆ, ਕਿਸੇ ਅਕਾਲੀ ਦਲ ਦੀ ਇਕੱਲੇ ਦੀ ਗੱਲ ਨਹੀਂ, ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਬੋਡੀ ਆ ਇਹਦਾ ਮਸਲਾ ਆ। ਅਤੇ ਇਹਨੂੰ ਅੱਜ ਹੱਥ ਪਾਉਣ ਦਾ ਯਤਨ ਕੀਤਾ ਜਾ ਰਿਹਾ, ਖੁੱਲ੍ਹ ਕੇ ਇਸ ਮਸਲੇ ਦੇ ਵਿੱਚ ਸਾਰਾ ਸਾਥ ਦਿਓ। ਮੈਂ ਧੰਨਵਾਦ ਵੀ ਕਰਦਾ ਜਿਨ੍ਹਾਂ ਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ, ਬੀਬੀ ਜਗੀਰ ਕੌਰ, ਸੁਖਪਾਲ ਸਿੰਘ ਖਹਿਰਾ, ਸੁਨੀਲ ਜਾਖੜ ਜੀ, ਮਨਜਿੰਦਰ ਸਿਰਸਾ, ਫੂਲਕਾ ਸਾਹਿਬ ਸਾਡੇ HS ਫੂਲਕਾ, ਪੱਤਰਕਾਰ ਜਗਤਾਰ ਸਿੰਘ, ਕਿਸਾਨ ਆਗੂ ਸੁਰਜੀਤ ਸਿੰਘ ਫੂਲ,
ਭਾਜਪਾ ਆਗੂ ਆਰਪੀ ਸਿੰਘ, ਮਨਜੀਤ ਸਿੰਘ ਜੀ ਕੇ, ਪਰਮਜੀਤ ਸਿੰਘ ਸਰਨਾ, ਸਾਰਿਆਂ ਨੂੰ ਬੇਨਤੀ ਕਰਦਾ। ਤੁਹਾਨੂੰ ਪਤਾ ਆ ਕਿ ਇਹ ਸਰਕਾਰ ਅੱਜ ਮਸਲੇ ਉਲਝਾ ਰਹੀ ਆ ਪੰਜਾਬ ਦੇ, ਅਤੇ ਮਸਲੇ ਉਲਝਾਉਣ ਦੇ ਵਿੱਚ ਇਹ ਬੜੇ ਐਕਸਪਰਟ ਆ। ਲੋਕ ਖਤਾ ਖਾ ਸਕਦੇ ਆ, ਪਰ ਜਿਹੜਾ ਕਾਨੂੰਨ ਅਤੇ ਜਿਹੜਾ ਸੱਚ ਆ ਉਹ ਸੱਚ ਦਾ ਸੱਚੇ ਰਹਿਣਾ। ਸੋ ਇਸ ਕਰਕੇ ਮੈਂ ਨਿਮਰਤਾ ਸਹਿਤ, ਨਿਮਰਤਾ ਸ਼ਬਦ ਮੈਂ ਤਾਂ ਵਾਰ ਵਰਤ ਰਿਹਾ, ਇਹ ਨਹੀਂ, ਨਿਮਰਤਾ ਗੁਰੂ ਕੇ ਸਿੱਖ ਦੇ ਵਿੱਚ ਆਉਣੀ ਚਾਹੀਦੀ ਆ। ਅਤੇ ਇਹ ਮੈਂ ਭਲੀ ਭਾਂਤ ਸਾਰਿਆਂ ਨੂੰ ਪਤਾ ਆ, ਅਤੇ ਮੈਂ ਸਾਰਿਆਂ ਨੂੰ ਰਾਜਨੀਤਿਕ ਪਾਰਟੀਆਂ ਨੂੰ ਇਹ ਇੱਕ ਸਿੱਖ ਧਰਮ ਦੇ ਉੱਤੇ ਸਿੱਧਾ ਹਮਲਾ, ਅਤੇ ਇਹਦੇ ਵਿੱਚ ਜੇ ਤੁਸੀਂ ਪੰਜਾਬ ਦੀ ਧਰਤੀ ਜਿਹੜੀ ਗੁਰੂਆਂ ਦੇ ਨਾਂ 'ਤੇ ਵੱਸਦੀ ਆ, ਇਹਦੇ ਪਿੱਛੇ ਇੱਕ ਸਾਜਿਸ਼ ਆ, ਉਹੋ ਹੀ ਸਾਜਿਸ਼ ਜਿਹੜੀ 1925 ਸਾਡੇ ਬਜ਼ੁਰਗਾਂ ਨੇ 1920 ਦੇ ਵਿੱਚ ਮਹਾਨਤਾ ਵਾਲੀ ਸ਼ੁਰੂ ਕੀਤੀ ਸੀ, ਉਹਦੀ ਲਈ ਇੱਕ ਸ਼ੁਰੂਆਤ ਕੀਤੀ ਜਾ ਰਹੀ ਆ। ਇਹਦੇ ਪਿੱਛੇ ਕੀ ਆ ਉਹ ਤੁਹਾਨੂੰ ਮੈਂ ਖੁਲਾਸੇ ਵੀ ਜ਼ਰੂਰ ਫਿਰ ਕਿਸੇ ਵੇਲੇ ਉਹ ਤੁਹਾਡੇ ਨਾਲ ਸਾਂਝੇ ਕਰ ਦੂੰਗਾ। ਸੋ ਅੱਜ ਦੀ ਸਿਰਫ ਇੰਨੀ ਕੀ ਆ ਕਿ ਹਾਲੇ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ, ਇਹਨੂੰ ਪੰਜਾਬ ਅਸੈਂਬਲੀ ਦੇ ਵਿੱਚ ਮਤਾ ਕਿਹੜੇ ਕਾਨੂੰਨ ਦਾ, ਕਿਹੜੀ ਧਾਰਾ ਨਾਲ ਤੁਸੀਂ ਲਿਆਉਣਾ, ਇਹ ਜਿਹੜਾ ਕੋਈ ਵੀ ਪ੍ਰੋਵੀਜ਼ਨ ਅਲਾਓ ਨਹੀਂ ਕਰਦਾ। ਸੋ ਇਸ ਕਰਕੇ ਆਪਾਂ ਇਹੋ ਜਿਹੀਆਂ ਗੱਲਾਂ ਦੇ ਵਿੱਚ ਰਾਜਨੀਤੀ ਵਾਲੀ ਛੇੜਛਾੜ ਨਾ ਕਰੀਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ 'ਤੇ ਸਮਰੱਥ ਆ, ਔਰ ਕੋਈ ਦਿੱਕਤ ਨਹੀਂ, ਕਰੋੜਾਂ ਨਹੀਂ ਅਰਬਾਂ ਰੁਪਈਏ ਦੇ ਮੈਡੀਕਲ ਕਾਲਜ ਚੱਲ ਰਹੇ ਆ। ਅਰਬਾਂ ਰੁਪਈਏ ਲਾ ਕੇ 1955 ਤੋਂ ਸਾਡਾ GNE ਚੱਲ ਰਿਹਾ, ਜਿਹਦੇ ਬੱਚੇ ਅੱਜ ਵੀ ਵਿਦੇਸ਼ਾਂ ਦੇ ਵਿੱਚ ਵੱਡੀਆਂ ਵੱਡੀਆਂ ਪੋਸਟਾਂ 'ਤੇ ਬੈਠੇ ਆ। ਸੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਤਾਂ ਕਹਿੰਦੇ ਵੀ ਅਸੀਂ ਕਰ ਦਿਆਂਗੇ, ਇਹ ਤਾਂ ਗੁਰੂ ਕੇ ਸਿੱਖ ਜਿਹੜੇ ਆ ਰਾਤੋਂ ਰਾਤ ਹਨੇਰੀਆਂ ਲਿਆ ਦਿੰਦੇ ਆ। ਇੱਥੇ ਨਾ ਕੋਈ ਪੈਸੇ ਦਾ ਝਗੜਾ, ਨਾ ਇੱਥੇ ਕੋਈ ਚੌਧਰ ਦਾ ਝਗੜਾ, ਇੱਥੇ ਕੇਵਲ ਦਾ ਕੇਵਲ ਗੁਰ ਸਿਧਾਂਤ ਦੀ ਗੱਲ ਆ, ਜਿਹਨੂੰ ਅੱਜ ਅਵੇਸਲੇਪਨ ਰਾਹੀਂ ਇੱਕ ਮਿੱਠੀ ਗੋਲੀ ਦੇ ਵਿੱਚ ਹੀ ਜ਼ਹਿਰ ਪਾ ਕੇ ਦੇਣ ਦਾ ਯਤਨ ਕੀਤਾ ਜਾ ਰਿਹਾ। ਸੋ ਕੋਈ ਤੁਹਾਡੇ ਕੋਲ ਅਧਿਕਾਰ ਨਹੀਂ, ਕੋਈ ਗੱਲ ਨਹੀਂ, ਭੁੱਲਿਆ ਆ ਮੁੜ ਕੇ ਵਾਪਸ ਆ ਜਾਏ, ਉਹਨੂੰ ਭੁੱਲਿਆ ਨਹੀਂ ਕਹਿੰਦੇ, ਪਹਿਲਾਂ ਭੁੱਲੇ ਸੀਗੇ ਉਹਨਾਂ ਦੇ, ਫਿਰ ਮੈਂ ਹੁਣ ਜੇਕਰ ਫਿਰ ਕਿਸੇ ਵੇਲੇ ਤੁਹਾਡੇ ਨਾਲ ਕਰ ਦੂੰਗਾ, ਫਿਰ ਛੇਤੀ ਵਾਪਸ ਆ ਗਏ ਸੀਗੇ। ਸੋ ਇੰਨੀ ਕਿ ਅੱਜ ਦਾ ਜਿਹੜੇ ਇਹ ਪ੍ਰੈਸ ਕਾਨਫਰੰਸ ਦਾ ਪਰਪਜ਼ ਸੀਗਾ, ਕਿਉਂਕਿ ਮੈਂ ਕੋਈ ਤੇਜ਼ ਸ਼ਬਦ ਬੋਲਣੇ ਨਹੀਂ ਚਾਹੁੰਦਾ, ਕਿਉਂਕਿ ਤੇਜ਼ ਸ਼ਬਦ ਜਿਹੜੇ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਤੋਂ ਚੰਗੇ ਨਹੀਂ ਲੱਗਦੇ। ਸੋ ਇੰਨੀ ਕੁ ਬੇਨਤੀ ਕਰਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ, ਤੁਸੀਂ ਸਮਾਂ ਕੱਢ ਕੇ ਆਏ ਹਾਂ, ਤੁਸੀਂ ਵੀ ਮੁਲਾਂਕਣ ਕਰਿਓ। ਆਹ ਜੋ ਮੈਂ ਡਾਕੂਮੈਂਟ ਆ ਇਹ ਤੁਸੀਂ ਇੱਥੋਂ ਲੈ ਵੀ ਸਕਦੇ ਹਾਂ, ਸਿੱਖ ਗੁਰਦੁਆਰਾ ਐਕਟ ਵੈਬਸਾਈਟ ਤੋਂ ਵੀ ਨਿਕਲ ਜਾਂਦਾ, ਉਹਦੀਆਂ ਸਾਰੀਆਂ ਧਾਰਾ ਵਿੱਚ ਆ। ਆਹ ਮੈਂ ਜਿੰਨੀਆਂ ਕੁ ਹੁਣ ਤੱਕ ਇਹਨਾਂ ਨੇ
ਚੈਨਲ ਇੱਕ ਪੀਵੀਸੀ ਚਲੋ ਇੱਕ ਨਿਯਮਾਂ ਦੇ ਤਹਿਤ ਦਿੱਤਾ ਗਿਆ, ਤੁਸੀਂ ਕਹਿ ਰਹੇ ਕਿ ਕਿਸੇ ਕੋਲੋਂ ਕੋਈ ਪੈਸਾ ਨਹੀਂ ਦਿੱਤਾ ਜਾ ਰਿਹਾ, ਨਵੇਂ ਟੈਂਡਰ ਵੀ ਹੋ ਜਾਣਗੇ, ਇਹ ਸਿੱਧੀ ਦਖਲ ਅੰਦਾਜ਼ੀ, ਜਿਹੜੇ ਗੁਰੂ ਘਰ ਦੇ ਵਿੱਚ ਕਦੀ ਬੋਲ ਵੀ ਨਹੀਂ ਲੱਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ, ਸਰਕਾਰ ਆ ਕੇ ਆਪਣਾ ਕੈਮਰਾ ਠੋਕ ਸਕਦੀ ਹੈ? ਬਿਲਕੁਲ ਨਹੀਂ ਠੋਕ ਸਕਦੀ, ਔਰ ਅਸੀਂ ਇਹਨੂੰ ਬਿਲਕੁਲ ਅਲਾਓ ਵੀ ਨਹੀਂ ਕਰਾਂਗੇ, ਕਿਉਂਕਿ ਜੋ ਲਾਅਨੈਸਨੈਸ ਉਹ ਕਰਨੀ ਚਾਹੁਣ ਰਹੇ ਆ ਉਹਦੇ ਨਾਲ ਛੋਟੇ ਇੱਥੇ ਝਗੜਿਆਂ ਤੋਂ ਕੁਛ ਵੀ ਨਹੀਂ ਹੋਣਾ, ਸਰਕਾਰ ਨੂੰ ਕੋਈ ਅਧਿਕਾਰ ਨਹੀਂ ਗਾ, ਨਾ ਅਸੀਂ ਸਰਕਾਰ ਨੂੰ ਇੱਥੇ, ਕਿਉਂਕਿ ਇਹ ਸਿੱਖ ਗੁਰਦੁਆਰਾ ਐਕਟ ਦੇ ਤਹਿਤ ਚੁਣ ਕੇ ਸਾਰੇ ਮੈਂਬਰ ਆਉਂਦੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਸਟੈਚੂਟਰੀ ਬਾਡੀ ਆ, ਇਹਦੇ ਆਪਣੇ ਅਧਿਕਾਰ ਆ, ਜਿਹੜੀ ਭਾਵੇਂ ਤੁਹਾਨੂੰ ਹਾਈਕੋਰਟ ਦੀ ਜਜਮੈਂਟ ਦਿੱਤੀ ਆ, ਇਹ ਹਾਈਕੋਰਟ ਦੀ ਜਜਮੈਂਟ 'ਚ ਹੈਲਡ ਇਹ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ 'ਤੇ ਉਹ ਪ੍ਰਬੰਧ ਕਰ ਸਕਦੀ ਅਤੇ ਉਹਨੂੰ ਪੂਰਨ ਅਧਿਕਾਰ ਆ। ਚਲੋ ਕੋਈ ਨਹੀਂ, ਅੱਜ ਦੇਖਦੇ ਕੀ ਕਰਦੇ ਆ, ਬਾਕੀ ਤਾਂ ਫਿਰ ਗਾਂਹ ਦੇਖਾਂਗੇ, ਅੰਦੋਲਨ ਕੱਲ੍ਹ ਲਈ ਅਸੀਂ ਕਰਨਾ ਜੀ, ਅੰਦੋਲਨ ਕਰਾਂਗੇ ਜੇ ਕੋਈ ਇੱਥੇ ਬੜੂਗਾ, ਫਿਰ ਅੰਦੋਲਨ ਵੀ ਅਸੀਂ ਨਹੀਂ ਕਰਨਾ, ਫਿਰ ਗੁਰੂ ਦੇ ਚਰਨਾਂ 'ਚ ਆਪਾਂ ਅਰਦਾਸ ਕਰਾਂਗੇ। ਅਧਿਕਾਰ ਹੁੰਦੇ ਨੇ ਸਰਕਾਰਾਂ ਨੂੰ ਚਲਾਉਣ ਦੇ, ਪਹਿਲਾਂ ਭਗਵੰਤ ਮਾਨ ਕਿਸੇ ਟਾਈਮ ਦੇ ਉੱਤੇ ਕਬੱਡੀ ਕੱਪ ਦੇ ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਹੋਣੀ ਕਬੱਡੀ ਕੱਪ ਕਰਾਉਂਦੇ ਸੀ ਉਦੋਂ ਕਮੈਂਟਰੀ ਕਰ ਦਿੰਦੇ ਸੀ, ਅੱਜ ਸਰਕਾਰ ਚਲਾਉਣ ਦੇ ਅਧਿਕਾਰ ਆ ਗਏ ਨੇ, ਪਰ ਸਿੱਖ ਕੌਮ ਦੇ ਵਿੱਚ ਸਿੱਧੇ ਤੌਰ 'ਤੇ ਇਸ ਤਰ੍ਹਾਂ ਦੇ ਦਖਲ ਦੇਣੇ ਪਾਉਂਦੇ ਨੇ ਉਹਨਾਂ? ਦੇਖੋ ਆਹ ਜਿੱਦਾਂ ਮੈਂ ਤੁਹਾਨੂੰ ਫਿਰ ਦੁਬਾਰਾ ਬੇਨਤੀ ਕਰਾਂ, ਇੱਦਾਂ ਅੱਜ ਤੱਕ ਨਹੀਂ ਕਿਸੇ ਨੇ ਕੀਤਾ ਹੋਣਾ ਜਿੱਦਾਂ ਇਹ ਨਹੀਂ ਕੀਤਾ। ਹਾਂ ਕਾਂਗਰਸ ਵੇਲੇ ਇੱਕ ਵਾਰੀ ਹੋਇਆ, ਪਰ ਕਰਕੇ ਪਿੱਛੇ ਨੂੰ ਮੁੜ ਗਏ, ਉਹ ਸਿਆਣੇ ਸੀ, ਉਹਨੇ ਦੇਖਿਆ ਵੀ ਇਹਦੇ ਨਾਲ ਸੌਰਨਾ ਨਹੀਂ, ਅਤੇ ਇਹ ਕੀ ਆ, ਇਹ ਸਿਰਫ ਦਿੱਲੀ ਵਾਲੇ ਆਕਾ ਨੂੰ ਬਾਬੂ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ 'ਤੇ ਇਹਦੇ ਪਿੱਛੇ ਡੂੰਘੀ ਸਾਜਿਸ਼ ਆ, ਇਹ ਸਿਰਫ ਸਿੱਖ ਪੰਥ ਨੂੰ ਲੀਰੋ ਲੀਰ ਕਰਨ ਦਾ ਅਤੇ ਗੁਰਦੁਆਰੇ ਦੇ ਪ੍ਰਬੰਧਾਂ ਨੂੰ ਡਿਸਟਰਬ ਕਰਨ ਦਾ ਕੁਝਾ ਯਤਨ ਆ। ਸੋ ਇਸ ਕਰਕੇ ਇਹ ਬਿਲਕੁਲ ਇਹਨਾਂ ਨੂੰ ਕੋਈ ਕਿਸੇ ਪੱਖ ਦਾ ਕੋਈ ਅਧਿਕਾਰ ਨਹੀਂ ਗਾ। ਦੇਖੋ ਜਿੱਦਣ ਹਰਿਆਣਾ ਕਮੇਟੀ ਬਣੀ ਸੀ ਉਦਣ ਵੀ ਅਸੀਂ ਕਿਹਾ ਸੀ ਵੀ ਇਹ ਸਿੱਖਾਂ ਦੇ ਹਿੱਤਾਂ 'ਚ ਨਹੀਂ, ਅਤੇ ਸ਼ਾਇਦ ਸੈਂਟਰ ਦੀ ਸਰਕਾਰ ਨੂੰ ਵੀ ਇਹ ਸਮਝ ਆ ਗਈ ਆ ਕਿ ਜਿਸ ਹਿਸਾਬ ਦੇ ਨਾਲ ਉੱਥੇ ਨੰਗਾ ਨਾਚ ਰੋਜ਼ ਹੁੰਦਾ, ਨੰਗਾ ਨਾਚ ਲਫ਼ਜ਼ ਠੀਕ ਨਹੀਂ ਗਾ, ਕਿ ਇੱਕ ਦੂਏ 'ਤੇ ਜਿੱਦਾਂ ਐਲੀਗੇਸ਼ਨ ਰੋਜ਼ ਲੱਗਦੇ ਆ, ਅਤੇ ਜਿਸ ਢੰਗ ਦੇ ਨਾਲ ਉਹਦਾ ਹਸ਼ਰ ਹੋਇਆ ਅਡਹੋਕ ਕਮੇਟੀ ਦਾ ਉਹ ਆਪਾਂ ਸਾਰੇ ਜਾਣਦੇ ਹਾਂ, ਸਿੱਖ ਕਰਤਾਰ ਨੂੰ ਵੀ ਸੱਟ ਲੱਗੀ ਆ ਕਿ ਹਰਿਆਣੇ ਕਮੇਟੀ ਦਾ ਪ੍ਰਧਾਨ ਹੋਵੇ ਉਹਦੇ 'ਤੇ ਚਿੱਟਾ ਪਾਊਡਰ ਪੀਣ ਦੇ ਉਹਦੇ ਉੱਤੇ ਐਲੀਗੇਸ਼ਨ ਲੱਗਣ, ਉਹਦੇ 'ਤੇ ਇਹ ਐਲੀਗੇਸ਼ਨ ਲੱਗੇ ਵੀ ਉਹ ਪੈਰਾਂ ਦੇ ਮਨੁੱਖ ਦੋ ਟੰਗਾਂ ਵਾਲੇ ਸਰਕਾਰ ਦੇ ਉਹਨਾਂ ਦੇ ਪੈਰਾਂ ਨੂੰ ਹੱਥ ਲਾਉਂਦਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਆ ਇਹ ਗੱਲਾਂ ਦਰਸਾਉਂਦੀਆਂ, ਮੈਂ ਤਾਂ ਹੀ ਤਾਂ ਪਹਿਲਾਂ ਕਿਹਾ ਸੀ ਕਿ ਅੱਗੇ ਬਾਹਰਲੀਆਂ ਸਰਕਾਰਾਂ ਨਾਲ ਲੜਦੇ ਸੀ, ਹੁਣ ਤਾਂ ਪੰਜਾਬ ਦੀ ਸਰਕਾਰ ਨੇ ਸਿੱਧਾ ਜਿਹੜਾ ਦਖਲਅੰਦਾਜ਼ੀ ਸ਼ੁਰੂ ਕਰ ਲਈ ਆ, ਅਤੇ ਕਦੇ ਵੀ ਕੌਮ ਨੇ ਬਰਦਾਸ਼ਤ ਨਹੀਂ ਕਰਨਾ। ਭਗਵੰਤ ਮਾਨ ਨੇ ਕੱਲ੍ਹ ਜਿਹੜੀ ਟਵੀਟ ਕੀਤਾ ਸੀ ਜੀ ਉੱਥੇ ਕੱਲ੍ਹ ਲਿਖ ਕੇ ਅਤੇ 20 ਜੂਨ ਪਾਇਆ ਕਿ ਸੁੱਤੇ ਪਏ।